ਜਿਸ ਤਰ੍ਹਾਂ ਬੇਨਤੀ ਕੀਤੀ ਹੈ, ਅੱਜ ਜੋ 8 ਸਵਾਲ ਆਏ ਨੇ ਆਪ ਵੱਲੋਂ ਤੇ ਸਾਹਮਣੇ ਡਿਸਪਲੇ ਨੇ, ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਨੇ, ਤੋਂ ਉਹ ਆਪਾਂ ਇੱਕ ਇੱਕ ਬਿਲਕੁਲ ਸਵਾਲ ਕਰਕੇ ਆਪ ਨਾਲ ਬਿਲਕੁਲ ਸਾਂਝਾ ਕਰਦੇ ਹਾਂ ਜੀ। ਔਰ ਪੈਨਲ ਮੈਂਬਰਸ, ਕੋਸ਼ਿਸ਼ ਹੁੰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲੈ ਕੇ ਉਹਨਾਂ ਦੀ ਵਿਚਾਰਧਾਰਾ, ਸਿੱਖ ਰਹਿਤ ਮਰਿਆਦਾ ਔਰ ਪ੍ਰਚਲਿਤ ਜਿਹੜੀਆਂ ਸਾਡੇ ਰੀਤੀ ਰਿਵਾਜ਼ ਨੇ ਉਹਨਾਂ ਨੂੰ ਸਾਹਮਣੇ ਰੱਖ ਕੇ ਉੱਤਰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿੰਨਾ ਕੁ ਸਾਨੂੰ ਮਿਲਦਾ ਤੁਹਾਡੇ ਸਾਹਮਣੇ ਹਾਜ਼ਰ ਹੈ ਜੀ, ਸੰਗਤ ਬਖਸ਼ਿਸ਼ ਕਰੇਗੀ, ਇਹਦੇ 'ਚ ਜੋ ਸੁਧਾਈ ਹੈ ਵੈਲਕਮ ਹੈ ਜੀ, ਕੋਈ ਸੁਝਾਅ ਹੈ ਉਹ ਵੀ ਵੈਲਕਮ ਹੈ। ਪ੍ਰੋਗਰਾਮ ਦੇ ਦੌਰਾਨ ਆਪ ਜੀ ਦੇ ਮਨ 'ਚ ਕੋਈ ਸਵਾਲ ਹੋਏਗਾ ਤਾਂ ਕਿਰਪਾ ਕਰਕੇ ਗਰੁੱਪ ਚੈਟ ਵਿੱਚ ਪਾ ਦਿਓ, ਤਾਂ ਜੇ ਮੈਂ ਪੈਨਲ ਮੈਂਬਰ ਜਿਹੜੇ ਨੇ ਉਹਨੂੰ ਦੇਖ ਲੈਣਗੇ, ਔਰ ਅਖੀਰ ਤੇ ਜੋ ਕੋਈ ਸਵਾਲ ਜਵਾਬ ਰਹਿ ਜਾਣਗੇ ਫਿਰ ਆਪਾਂ ਬਾਅਦ 'ਚ ਗੱਲ ਕਰਾਂਗੇ। ਸੰਗਤ ਜੀ, ਆਓ ਆਪ ਦੀ ਆਗਿਆ ਨਾਲ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਜੀ ਗੁਰਬਾਣੀ ਦੀ ਤੁਕ ਹੈ, ਉਲਟਾ ਖੇਲ ਖਸਮ ਦਾ, ਉਲਟੀ ਗੰਗ ਸਮੁੰਦਰ ਸਮਾਵਾ। ਸਾਧ ਰਜੀਤ ਸਿੰਘ ਜੀ ਨੇ ਸਵਾਲ ਭੇਜਿਆ ਸੀ ਔਰ ਉਹ ਪੁੱਛਦੇ ਨੇ ਕਿ ਇਹ ਜਿਹੜਾ ਉਲਟਾ ਖੇਲ ਤੇ ਉਲਟੀ ਗੰਗ ਹੈ, ਇਹਦੇ ਸਾਨੂੰ ਅਰਥ ਦੱਸੋ ਜੀ। ਬੇਨਤੀ ਹੈ ਡਾਕਟਰ ਤਜਿੰਦਰ ਸਿੰਘ ਜੀ, ਇਹਦੇ ਬਾਰੇ ਆਪ ਦੱਸੋ ਗੁਰਬਾਣੀ ਕੀ ਕਹਿੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਕੀ ਫਤਿਹ। ਫਤਿਹ। ਉਲਟਾ ਖੇਲ ਖਸਮ ਦਾ, ਉਲਟੀ ਗੰਗ ਸਮੁੰਦਰ ਸਮਾਵੈ। ਵਾਰ ਪਹਿਲੀ, ਪੌੜੀ 47ਵੀਂ, ਭਾਈ ਗੁਰਦਾਸ ਜੀ। ਇਸ ਤੇ ਵਿਚਾਰ ਹੈ ਜੀ। ਇਹ ਜਿਹੜੀ ਪੌੜੀ ਹੈ, ਇਸ ਦੇ ਪਹਿਲੇ 4 ਪਦੇ ਮੈਂ ਉਚਾਰਨ ਕਰਕੇ ਆਪ ਜੀ ਨਾਲ ਸਾਂਝੇ ਕਰਾਂਗਾ, ਫਿਰ ਇਸ ਤੇ ਵਿਚਾਰ ਕਰਦੇ ਹਾਂ। ਪਹਿਲੇ 4 ਪਦੇ ਇਵੇਂ ਹਨ। ਦਿੱਚੈ ਪੂਰਵ ਦੇਵਨਾ, ਜਿਸ ਦੀ ਵਸਤ ਤਿਸੈ ਘਰ ਆਵੈ, ਬੈਠਾ ਸੋਢੀ ਪਾਤਸ਼ਾਹ, ਸਤਿਗੁਰੂ ਰਾਮਦਾਸ ਪਠਾਵੈ। ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋ ਜਗਾਵੈ, ਉਲਟਾ ਖੇਲ ਖਸਮ ਦਾ, ਉਲਟੀ ਗੰਗ ਸਮੁੰਦਰ ਸਮਾਵੇ। ਇਸ ਪੌੜੀ ਦੇ ਸਟੀਕ ਦੇਖਣ ਲੱਗੀਏ ਤਾਂ ਵੱਖ ਵੱਖ ਵਿਦਵਾਨ ਵੱਖ ਵੱਖ ਵਿਚਾਰਾਂ ਤੇ ਤਰਕ ਦਿੰਦੇ ਹਨ। ਇਸ ਲਈ ਗੁਰਮਤਿ ਦੇ ਸਿਧਾਂਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਟੀਕ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਅੱਜ ਦੀ ਵਿਚਾਰ ਲਈ ਵੀ ਕੁਝ ਅਜਿਹਾ ਹੀ ਅਧਿਐਨ ਕਰਨ ਦੀ ਲੋੜ ਹੈ। ਵਾਰ ਪਹਿਲੀ ਦੀ ਪੌੜੀ 46, ਅਸੀਂ ਪਿਛਲੀ ਪੌੜੀ ਦਾ ਜ਼ਿਕਰ ਕਰਾਂਗੇ। ਪੌੜੀ 46 ਦਾ ਜੇ ਅਵਲੋਕਨ ਕਰੀਏ ਤਾਂ ਜ਼ਿਕਰ ਮਿਲਦਾ ਹੈ ਕਿ ਪੁੱਤਰਾਂ ਨੂੰ ਛੱਡ ਕੇ ਯੋਗਤਾ ਦੇ ਆਧਾਰ ਤੇ ਚੈਨ ਕਰਕੇ ਗੁਰੂ ਨਾਨਕ ਜੀ ਨੇ ਲਹਿਣਾ ਜੀ ਨੂੰ, ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਅਤੇ ਗੁਰੂ ਅਮਰਦਾਸ ਜੀ ਨੇ ਜੇਠਾ ਜੀ ਨੂੰ ਗੁਰਜੋਤ ਅਰਪਣ ਕੀਤੀ। ਪੌੜੀ 46 ਦੀ ਆਖਰੀ ਤੁਕ ਕਿਵੇਂ ਹੈ? ਦਾਤ ਜੋਤ ਖਸਮੈ ਵਡਿਆਈ, ਭਾਵ ਜੋਤ ਦੀ ਦਾਤ ਅਤੇ ਇਹ ਵਡਿਆਈ ਖਸਮ, ਭਾਵ ਗੁਰ ਪਰਮੇਸ਼ਰ ਦੇ ਹੱਥ ਵਿੱਚ ਹੈ ਤੇ ਉਹ ਜਿਸ ਨੂੰ ਬਖਸ਼ੇ ਉਸ ਨੂੰ ਹੀ ਮਿਲਦੀ ਹੈ। ਜਿੱਥੇ ਪੌੜੀ 46 ਪਾਤਸ਼ਾਹੀ ਦੂਜੀ ਤੀਜੀ ਦੀ ਜੋਤ ਪ੍ਰਾਪਤੀ ਦਾ ਵਰਣਨ ਕਰਦੀ ਹੈ, ਉੱਥੇ ਪੌੜੀ 47 ਪਾਤਸ਼ਾਹੀ ਚੌਥੀ ਅਤੇ ਪੰਜਵੀਂ ਦੀ ਜੋਤ ਪ੍ਰਾਪਤੀ ਦਾ ਵਰਣਨ ਕਰਦੀ ਹੈ। ਇਸੇ ਪ੍ਰਬੋਧ ਨੂੰ ਜਾਰੀ ਰੱਖਦੇ ਹੋਏ ਪੌੜੀ 47 ਦੇ ਪਹਿਲੇ 3 ਪਦਿਆਂ ਦਾ ਭਾਵ ਕੁਛ ਇਸ ਤਰ੍ਹਾਂ ਹੈ। ਜਿਵੇਂ ਪੂਰਵ ਲਿਖਿਆ ਅਨੁਸਾਰ, ਦਿੱਚੈ ਪੂਰਵ ਦੇਵਨਾ, ਜਿਵੇਂ ਪੂਰਵ ਲਿਖੇ ਅਨੁਸਾਰ ਰਾਮਦਾਸ ਜੀ ਨੂੰ ਗੁਰੂ ਜੋਤ ਦਾ ਮਿਲਣਾ ਤੈਅ ਸੀ। ਇਹ ਇਵੇਂ ਸੀ ਜਿਵੇਂ ਕਿਸੇ ਦਾ ਕੁਝ ਦੇਣਾ ਹੋਵੇ, ਉਸੇ ਨੂੰ ਉਹ ਵਸਤ ਦੇਣੀ ਬਣਦੀ ਹੈ। ਇਵੇਂ ਹੀ ਗੁਰੂ ਰਾਮਦਾਸ ਜੀ ਗੁਰਗੱਦੀ ਤੇ ਬੈਠ ਸਤਿਗੁਰੂ ਕਹਾਉਣ ਲੱਗੇ, ਅੰਮ੍ਰਿਤਸਰ ਵਿਖੇ ਸੁਧਾ ਸਰੋਵਰ ਨਾਮੇ ਤਲਾਉ ਖਟਾ ਕੇ ਪੂਰਨ ਕੀਤਾ ਅਤੇ ਗੁਰੂ ਗਿਆਨ ਦੀ ਜੋਤ ਨਾਲ ਗਿਆਨ ਪ੍ਰਕਾਸ਼ ਕੀਤਾ। ਹੁਣ ਵਿਚਾਰ ਕਰਦੇ ਹਾਂ ਚੌਥੀ ਪੰਕਤੀ, ਜਿਹੜੀ ਕਿ ਸਾਡਾ ਸਵਾਲ ਵੀ ਹੈ, ਉਲਟਾ ਖੇਲ ਕਸਮ ਦਾ, ਉਲਟੀ ਗੰਗ ਸਮੁੰਦਰ ਸਮਾਵੈ। ਇਸ ਤੁਕ ਦੇ ਭਾਵ ਦੋ ਤਰ੍ਹਾਂ ਨਾਲ ਵਿਚਾਰ ਕੀਤੇ ਮਿਲਦੇ ਹਨ। ਵਿਚਾਰ ਤਾਂ ਬਹੁਤ ਹਨ, ਪਰ ਜਿਹੜੇ ਵਿਚਾਰ ਗੁਰਮਤਿ ਦੇ ਆਸ਼ੇ ਤੋਂ ਅਸੀਂ ਸਮਝ ਸਕਦੇ ਹਾਂ, ਦੋ
ਦੀ ਮੈਂ ਸ਼ਾਰਟਲਿਸਟਿੰਗ ਕੀਤੀ ਹੈ ਜੀ। ਪਹਿਲਾ ਇਹ ਹੈ ਕਿ ਭੂਗੋਲਿਕ ਸਥਿਤੀ ਅਨੁਸਾਰ ਉੱਤਰੀ ਭਾਰਤ ਦੀਆਂ ਹਿਮ ਨਦੀਆਂ ਦਾ ਵਹਾਓ ਦੇਖੀਏ ਤਾਂ ਦਿਸਦਾ ਹੈ ਕਿ ਮੁੱਖ ਸੱਤ ਵਿੱਚੋਂ 6 ਹਿਮ ਨਦੀਆਂ, 6 ਕਿਹੜੀਆਂ ਨੇ? ਸਿੰਧ, ਜੇਹਲਮ, ਚਨਾਬ, ਰਾਵੀ, ਬਿਆਸ ਤੇ ਸਤਲੁਜ, ਇਹ ਹਨ ਜਿਨ੍ਹਾਂ ਦਾ ਵਹਾਓ ਪੂਰਬ ਤੋਂ ਪੱਛਮ ਵੱਲ ਹੈ ਅਤੇ ਉਹ ਅਰਬ ਸਾਗਰ ਵਿੱਚ ਵਿਲੀਨ ਹੋ ਜਾਂਦੀਆਂ ਹਨ। ਪਰ ਇਸ ਦੇ ਉਲਟ ਗੰਗਾ ਅਜਿਹੀ ਹਿਮ ਨਦੀ ਹੈ ਜੋ ਕਿ ਲਗਭਗ ਉਸੇ ਜਲ ਸਰੋਤ ਤੋਂ ਨਿਕਲਦੀ ਹੈ, ਪਰ ਇਸ ਦੀ ਉਲਟੀ ਦਿਸ਼ਾ ਹੋਣ ਕਰਕੇ ਇਹ ਪੱਛਮ ਤੋਂ ਪੂਰਬ ਵੱਲ ਨੂੰ ਚੱਲ ਕੇ ਬੰਗਾਲ ਦੀ ਖਾੜੀ ਵਿੱਚ ਸਾਗਰ ਲੀਨ ਹੋ ਜਾਂਦੀ ਹੈ। ਇਵੇਂ ਗੰਗਾ ਦੇ ਦੂਸਰੇ ਰੁੱਖ ਨੂੰ ਮੁੜ ਜਾਣ ਨੂੰ ਉਲਟੀ ਗੰਗ ਸਮੁੰਦਰ ਸਮਾਵੇ ਵੀ ਇੱਕ ਜਗ੍ਹਾ ਤੇ ਕਿਹਾ ਗਿਆ ਹੈ। ਇੱਥੇ ਸਟੀਕ ਇਹ ਵਰਣਨ ਕਰਦੇ ਹਨ ਕਿ ਗੁਰੂ ਪਰਮੇਸ਼ਰ ਦੀ ਕਲਾ ਪ੍ਰਚਲਿਤ ਰਵਾਇਤਾਂ ਦੇ ਉਲਟ ਵਾਪਰੀ, ਜੋ ਕਿ ਪੁੱਤਰਾਂ ਦੇ ਹੁੰਦੇ ਹੋਏ ਭਾਵ ਸ੍ਰੀ ਚੰਦ ਤੇ ਲਖਮੀ ਦਾਸ ਗੁਰੂ ਨਾਨਕ ਸਾਹਿਬ ਕੋਲੋਂ ਗੁਰਜੋਤ ਨਾ ਲੈ ਸਕੇ, ਦਾਤੂ ਤੇ ਦਾਸੂ ਜੀ ਗੁਰੂ ਅੰਗਦ ਸਾਹਿਬ ਕੋਲੋਂ ਨਾ ਲੈ ਸਕੇ, ਮੋਹਨ ਤੇ ਮੋਹਰੀ ਜੀ ਗੁਰੂ ਅਮਰਦਾਸ ਪਾਤਸ਼ਾਹ ਕੋਲੋਂ ਨਾ ਲੈ ਸਕੇ। ਤੋ ਇੱਥੇ ਪੁੱਤਰਾਂ ਦੇ ਹੁੰਦੇ ਹੋਏ ਰੁੱਖ ਤੋਂ ਮੁੜ ਕੇ ਗੁਰੂ ਸਾਹਿਬਾਨ ਨੇ ਯੋਗ ਉੱਤਰਾਧਿਕਾਰੀ ਦੀ ਜੋਤ ਅਰਪਣ ਕਰਦੇ ਹੋਏ ਇਹ ਸਾਬਤ ਕੀਤਾ ਕਿ ਗੰਗਾ ਦਾ ਵਹਾਅ ਮੁੜਿਆ ਹੈ। ਇਸ ਨੂੰ ਉਲਟਾ ਖੇਲ ਕਸਮ ਦਾ ਆਖਿਆ ਹੈ ਅਤੇ ਪ੍ਰਮਾਣ ਗੰਗਾ ਦੇ ਰੁੱਖ ਦਾ ਦਿੱਤਾ ਗਿਆ ਹੈ। ਦੂਸਰੀ ਵਿਚਾਰ ਇਵੇਂ ਹੈ ਜਿਵੇਂ ਕਿ ਇੱਕ ਯੋਗ ਨਦੀ ਬਿਖਮ ਪੈਂਡੇ ਤੈਅ ਕਰਕੇ ਕਈ ਨਦੀਆਂ ਗਰਕ ਹੋ ਜਾਂਦੀਆਂ ਹਨ। ਯੋਗ ਨਦੀ ਉਹ ਹੈ ਜਿਹੜੀ ਸਾਗਰ 'ਚ ਪਹੁੰਚ ਗਈ। ਜਿਵੇਂ ਕਿ ਯੋਗ ਨਦੀ ਬਿਖਮ ਪੈਂਡੇ ਤੈਅ ਕਰਕੇ ਅੰਤ ਸਮੁੰਦਰ ਵਿੱਚ ਲੀਨ ਹੋ ਜਾਂਦੀ ਹੈ, ਉਵੇਂ ਹੀ ਗੁਰਸਿੱਖ ਸੇਵਕ ਗੁਰੂ ਦੇ ਹੁਕਮ ਅਧੀਨ ਵਿਚਰਦਾ ਅਤੇ ਗੁਰਸੀਸ ਸਦਕਾ ਘਾਲਣਾ ਘਾਲਦਾ ਹੋਇਆ ਗੁਰ ਪਰਮੇਸ਼ਰ ਵਿੱਚ ਭਾਵ ਸਾਗਰ ਵਿੱਚ ਨਦੀ ਭਾਂਤ ਭਾਵ ਸਾਗਰ ਵਿੱਚ ਨਦੀ ਦੇ ਭਾਂਤ ਲੀਨ ਹੋ ਜਾਂਦਾ ਹੈ। ਪਰ ਇੱਥੇ ਉਲਟਾ ਖੇਲ ਅਤੇ ਉਲਟੀ ਗੰਗਾ ਦਾ ਪ੍ਰਮਾਣ ਦੇ ਕੇ ਦਰਸਾਇਆ ਗਿਆ ਹੈ ਕਿ ਰਵਾਇਤ ਉਲਟੀ ਚੱਲੀ ਹੈ, ਕਿਉਂਕਿ ਗੁਰੂ ਪਰਮੇਸ਼ਵਰ ਵਿੱਚ ਲੀਨ ਹੁੰਦੇ ਹੋਏ ਸ਼ਾਗਿਰਦ ਨੂੰ ਉਸ ਦੀ ਯੋਗਤਾ ਤੋਂ ਪ੍ਰਭਾਵਿਤ ਹੋ ਕੇ ਗੁਰੂ ਪਰਮੇਸ਼ਵਰ ਦੀ ਐਸੀ ਕਿਰਪਾ ਹੁੰਦੀ ਹੈ ਕਿ ਗੁਰੂ ਉਸ ਸ਼ਾਗਿਰਦ ਨੂੰ ਆਪਣੀ ਗਿਆਨ ਜੋਤ ਹੀ ਅਰਪਣ ਕਰਕੇ ਗੁਰੂ ਨਿਰਧਾਰਿਤ ਕਰ ਦਿੰਦਾ ਹੈ ਅਤੇ ਆਪ ਹੀ ਉਸ ਨੂੰ ਮੱਥਾ ਟੇਕ ਦਿੰਦਾ ਹੈ। ਮੈਂ ਦੁਬਾਰਾ ਬੋਲ ਰਿਹਾ ਜੀ, ਉਸ ਦੀ ਯੋਗਤਾ ਤੋਂ ਪ੍ਰਭਾਵਿਤ ਹੋ ਕੇ ਗੁਰੂ ਪਰਮੇਸ਼ਵਰ ਉੱਤਰ। ਹਾਂਜੀ, ਡਾਕਟਰ ਸਾਹਿਬ ਨੇ ਉੱਤਰ ਦੇ ਦਿੱਤਾ। ਸੰਗਤ ਜੀ, ਮੈਂ ਬੇਨਤੀ ਕਰਦੇ ਹਾਂ ਕਿ ਉਹਦਾ ਸੈਂਟਰਲ ਆਈਡੀਆ ਇਹ ਹੈ ਕਿ ਜਿਹੜੀ ਗੁਰਗੱਦੀ ਹੈ ਉਹ ਮੈਰਿਟ ਤੇ ਦਿੱਤੀ ਜਾਂਦੀ ਹੈ, ਨਾ ਕਿ ਰਿਸ਼ਤੇਦਾਰੀ ਦੇ, ਕਿਉਂਕਿ ਆਮ ਦੁਨੀਆਦਾਰੀ ਚੱਲਦਾ ਹੈ ਪਿਓ ਤੋਂ ਬਾਅਦ ਪੁੱਤਰ ਔਰ ਅੱਗੇ ਤੋਂ ਅੱਗੇ ਇਸ ਤਰ੍ਹਾਂ ਚੱਲਦੀ ਹੈ, ਪਰੰਤੂ ਗੁਰੂ ਘਰ ਵਿੱਚ ਇਹ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ, ਦੂਜੇ ਪਾਤਸ਼ਾਹ ਜੀ ਨੇ, ਤੀਜੇ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਗੱਦੀ ਉਹਨਾਂ ਨੂੰ ਦਿੱਤੀ ਜਿਹੜੇ ਯੋਗ ਸਨ। ਜੇ ਗੁਰੂ ਅਮਰਦਾਸ ਜੀ ਪਾਤਸ਼ਾਹ ਨੇ ਆਪਣੇ ਜਵਾਈ ਨੂੰ ਦਿੱਤੀ, ਜਵਾਈ ਕਰਕੇ ਨਹੀਂ ਦਿੱਤੀ, ਜਵਾਈ ਤਾਂ ਵੱਡਾ ਭਾਈ ਰਾਮਾ ਜੀ ਵੀ ਸੀਗੇ, ਪਰੰਤੂ ਮੈਰਿਟ ਕਰਕੇ। ਸੋ ਤਖਤ ਬਹਿ ਤਖਤੈ ਕੀ ਲਾਇਕ, ਤੋਂ ਇਹ ਜਿਹੜੀ ਗੱਲ ਸੀ, ਕਿਉਂਕਿ ਆਮ ਦੁਨੀਆਦਾਰੀ ਦੀਆਂ ਜਿਹੜੀਆਂ ਰਵਾਇਤਾਂ ਸਨ ਉਸ ਤੋਂ ਉਲਟ ਲੱਗਦੀ ਸੀ, ਤੇ ਤਾਂ ਕਰਕੇ ਕਿਹਾ ਜੀ ਉਲਟੀ ਗੰਗਾ। ਵੈਸੇ ਉਲਟੀ ਨਹੀਂ, ਅਸਲ ਸਿੱਧੀ ਤੇ ਇਹੀ ਹੈ। ਉਂਝ ਵੀ ਸਾਡਾ ਸੰਗਤ ਜੀ ਇੱਕ ਸਾਡੀ ਮਨੁੱਖੀ ਕਮਜ਼ੋਰੀ ਹੈ ਕਿ ਅਸੀਂ ਫੈਸ਼ਨ ਮਗਰ ਚੱਲਦੇ ਹਾਂ, ਇੱਕ ਦੂਜੇ ਦੇ ਮਗਰ ਚੱਲਦੇ ਜੋ ਲੋਕੀ ਕਰ ਰਹੇ ਨੇ, ਪਰੰਤੂ ਗੁਰੂ ਸਾਹਿਬ ਨੇ ਬੜਾ ਸਪਸ਼ਟ ਕਿਹਾ ਕਿ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰਨ ਵਾਸ। ਅਸੀਂ ਦੁਨੀਆ ਮਗਰ ਲੱਗਣਾ, ਅਸੀਂ ਗੁਰੂ ਮਗਰ ਲੱਗਣਾ। ਦੁਨੀਆ ਭਾਵੇਂ ਉਲਟ ਕਵੇ ਜਾਂ ਸਿੱਧੀ ਕਵੇ ਉਹਦੀ ਕੋਈ ਪਰਵਾਹ ਨਹੀਂ ਹੈ। ਆਓ, ਇਸ ਸਵਾਲ ਤੋਂ ਵੀ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਗੁਰੂ ਆਸ਼ੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ, ਦੁਨੀਆਦਾਰੀ ਦੇ ਮਗਰ
ਦੁਨੀਆ ਦੀ ਚਕਾਚੌਂਧ ਦੇ ਮਗਰ ਨਹੀਂ ਲੱਗੀ। ਧੰਨਵਾਦ ਜੀ ਵੀਰ ਤਜਿੰਦਰ ਸਿੰਘ ਜੀ, ਡਾਕਟਰ ਸਾਹਿਬ ਜੀ, ਤੋਂ ਸੰਗਤ ਜੀ ਕੀ ਖਿਮਾ ਕਰਨਾ, ਇਹ ਉਹਨਾਂ ਦਾ ਕਨੈਕਸ਼ਨ ਜਿਹੜਾ ਉਹ ਅਨਸਟੇਬਲ ਹੋ ਗਿਆ, ਜਿਸ ਕਰਕੇ ਥੋੜ੍ਹੀ ਜਿਹੀ ਵਿੱਚੋਂ ਇਹ ਚੇਂਜ ਹੋਈ ਹੈ, ਉਹਦੇ ਲਈ ਆਪਾਂ ਖਿਮਾ ਹੋਵਾਂਗੇ। ਆਓ ਜੀ।